ਚੱਪੀਆਂ ਦੀ ਲਾ ਦੀ ਉਹਦੇ ਤੇ ਸੱਤ ਕੇਸ ਚੱਲਦੇ ਭਰੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਆਈ ਹੋਪ ਤੁਸੀਂ ਠੀਕ ਠਾਕ ਹੋਗੇ। ਆਪਾਂ ਜਿਹੜੀ ਰਿਐਕਸ਼ਨ ਵੀਡੀਓ ਲੈ ਕੇ ਆਏ, ਰਾਕੇ ਬਾਈ ਦਾ ਨਿਊ ਸੌਂਗ ਆਇਆ ਵਾ, ਅਤੇ ਮੈਂ ਸੋਚਣ ਦਾ ਸ਼ਾਇਦ 10 ਵਜੇ ਦੀ ਵੀਡੀਓ ਆ ਜਾਵੇ। ਵੀਡੀਓ ਨਹੀਂ ਆਈ, ਇਹ ਆਟੋ ਜਨਰੇਟ ਹੋਇਆ ਸੌਂਗ, ਮਤਲਬ ਸਪੋਟੀਫਾਈ 'ਤੇ ਹੋ ਗਿਆ, ਐਪਲ ਮਿਊਜ਼ਿਕ 'ਤੇ ਹੋ ਗਿਆ, ਇਹਨਾਂ 'ਤੇ ਗਾਣਾ ਆ ਚੁੱਕਿਆ ਵਾ। ਅਫੀਸ਼ਲੀ ਹਾਲੇ ਯੂਟਿਊਬ 'ਤੇ ਦੀ ਵੀਡੀਓ ਨਹੀਂ ਆਈ, ਅਤੇ ਗਾਣੇ ਦੇ ਨਾਮ ਆ ਕੀ ਲੱਗਦੇ ਰਾਕਾ ਦੇ, ਆਓ ਦੇਖਣਾ ਕਰਦੇ ਹਾਂ ਸੌਂਗ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਜਿਹੜੇ ਰਾਕੇ ਬਾਈ ਨੂੰ ਪਿਆਰ ਕਰਦੇ ਆ, ਜਿਹੜੇ ਉਹਨਾਂ ਜਿਨ੍ਹਾਂ ਨੂੰ ਉਹਨਾਂ ਦੇ ਗਾਣੇ ਪਸੰਦ ਆ, ਉਹ ਵੀਡੀਓ ਲਾਈਕ ਕਮੈਂਟ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਬਾਕੀ ਗੱਲ ਆਪਾਂ ਬਾਅਦ 'ਚ ਕਰਾਂਗੇ, ਪਹਿਲੇ ਦੇਖਾਂਗੇ ਸੌਂਗ। ਪੁੱਛਦੀਆਂ ਤੇਰੇ ਬਾਰੇ ਖਰੇ ਕੀ ਦੱਸਾਂ ਮੈਂ, ਤੇਰਾ ਜਤਨਾਮ ਲੈਂਦੀਆਂ ਥੋੜਾ ਜਿਹਾ ਹੱਸਾਂ ਮੈਂ, ਤੈਨੂੰ ਕਿੱਥੇ ਮੈਂ ਲੁਕੋ ਕੇ ਰੱਖ ਲਾਂ, ਕੋਈ ਲੱਭੇ ਨਾ ਬਹਾਨਾ ਜੱਜਦਾ ਨੀ ਉਹ ਤੇਰਾ ਕੀ ਲੱਗਦਾ, ਤੇਰਾ ਜੀ ਦੇ ਨਾਲ ਜੀ ਲੱਗਦਾ ਨੀ ਉਹ ਤੇਰਾ ਕੀ ਲੱਗਦਾ, ਤੇਰਾ ਜੀ ਦੇ ਗਾਣੇ ਦੀ ਸੀਰੀਅਸਲੀ ਗੱਲ ਕਰਨ ਦਿਆਂ, ਗਾਣੇ ਦਾ ਮਿਊਜ਼ਿਕ ਬਹੁਤ ਘੈਂਟ ਲੱਗਾ ਮੈਨੂੰ, ਇੱਕ ਗਾਣੇ ਦੀ ਵਾਈਬ ਜੀ ਮਿਲ ਰਹੀ ਆ। ਬਾਕੀ ਲਿਰਿਕਸ ਵੀ ਬੜੇ ਘੈਂਟ ਆ, ਕਿ ਜਦੋਂ ਮੈਂ ਮਤਲਬ ਜਾਨੀ ਆ ਤਾਂ ਪੁੱਛਦੀ ਹਾਂ ਉਹ ਤੇਰਾ ਕੀ ਲੱਗਦਾ, ਉਹ ਤੇਰਾ ਕੀ ਰਿਲੇਸ਼ਨ ਆ ਉਹਦੇ ਨਾਲ। ਬਾਕੀ ਗਾਣੇ ਦੀ ਵਾਈਬ ਬਹੁਤ ਘੈਂਟ ਲੱਗੀ ਆ। ਯਾਰ ਜਿਹਦੇ ਨਾਲ ਸੱਚੀ ਦਿਲੋਂ ਪਿਆਰ ਹੋਵੇ ਨਾ, ਅਤੇ ਉਹ ਬੰਦਾ ਜਿੱਦਾਂ ਦਾ ਮਰਜ਼ੀ ਹੋਵੇ, ਜਾਂ ਉਹ ਜਿੱਦਾਂ ਮਰਜ਼ੀ ਗੁੱਸਾ ਕਰੇ, ਜੋ ਮਰਜ਼ੀ ਕਰੇ, ਆਪਾਂ ਨੂੰ ਉਹ ਬੰਦਾ ਚੰਗਾ ਲੱਗਦਾ, ਫਿਰ ਵੀ ਆਪਾਂ ਨੂੰ ਮਨਾਮ ਨੂੰ ਕੀ ਹੁੰਦਾ ਕਿ ਆਪਾਂ ਇਸੇ ਬੰਦੇ ਦੇ ਨਾਲ ਰਹੀਏ, ਆਪਾਂ ਹੋਰ ਕਿਸੇ ਨਾਲ ਕੀ ਗੱਲ ਕਰਨੀ, ਇਹਨੂੰ ਹੀ ਮਨਾ ਲਈਏ। ਇਹ ਘੈਂਟ ਮਤਲਬ ਉਹ ਘੈਂਟ ਗੜਾ ਯਾਰ, ਲਿਰਿਕਸ ਹੀ ਘੈਂਟ ਲੱਗਦਾ। ਬਾਕੀ ਰਾਕੇ ਬਾਈ ਨੂੰ ਪਿਆਰ ਕਰਨ ਵਾਲੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਪਲੱਸ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਇਹ ਗਾਣਾ ਕਿੱਦਾਂ ਲੱਗਦਾ। ਡੱਬੀਆਂ ਪੀਲਾ ਦੀ ਉਹਦੇ ਤੇ ਸੱਤ ਕੇਸ ਚੱਲਦੇ, ਉਹਦੇ ਤੇ ਸੱਤ ਕੇਸ ਚੱਲਦੇ, ਤੇ ਮੈਂ ਕੁੜੀਆਂ ਵਕੀਲਾਂ ਸਰਦਾ, ਪਰ ਮੇਰੇ ਕੋਲੋਂ ਰਹੇ ਸੰਗਦਾ ਨੀ ਉਹ ਤੇਰਾ ਕੀ ਲੱਗਦਾ, ਤੇਰਾ ਜੀ ਦੇ ਨਾਲ ਜੀ ਲੱਗਦਾ ਨੀ ਉਹ ਤੇਰਾ ਕੀ ਲੱਗਦਾ, ਤੇਰਾ ਜੀ ਦੇ ਨਾਲ ਜੀ ਲੱਗਦਾ ਲਾਸਟ ਵਾਲੀ ਬੋਲੀ ਵੀ ਬੜੀ ਘੈਂਟ ਲੱਗੀ ਮੈਨੂੰ ਯਾਰ।
ਬਾਕੀ ਸੀਰੀਅਸਲੀ ਜੇ ਕਿਤੇ ਗਾਣੇ ਦੀ ਵੀਡੀਓ ਆਈ ਹੁੰਦੀ ਫਿਰ ਗਾਣਾ ਹੋਰ ਸਿਰਾ ਹੋ ਜਾਣਾ ਸੀ। ਬਾਕੀ ਗਾਣਾ ਬਹੁਤ ਘੈਂਟ ਆ, ਜਿਹੜੀ ਵਿੱਚ ਮਤਲਬ ਜਿਹੜੀ ਲਾਸਟ ਦੇ ਵਿੱਚ ਬੋਲੀ ਪਾਈ ਗਈ ਉਹ ਵੀ ਬੜੀ ਮੈਨੂੰ ਘੈਂਟ ਲੱਗੀ। ਬਾਕੀ ਤੁਸੀਂ ਦੱਸਿਓ ਤੁਹਾਨੂੰ ਇਹ ਰੱਕੇ ਬਾਈ ਦਾ ਸੌਂਗ ਕਿੱਦਾਂ ਦਾ ਲੱਗਾ? ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਜੇ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਿਓ, ਜ਼ਿਆਦਾ ਜ਼ਿਆਦਾ ਸਬਸਕ੍ਰਾਈਬ ਕਰੋ। ਜਲਦੀ ਤੋਂ ਜਲਦੀ 1 ਲੱਖ ਸਬਸਕ੍ਰਾਈਬਰ ਕਰਨਾ, ਇੱਦਾਂ ਹੀ ਸਪੋਰਟ ਕਰਦੇ ਰਹੋ, ਵੀਡੀਓ ਨੂੰ ਸ਼ੇਅਰ ਕਰਦੇ ਰਹੋ, ਪਿਆਰ ਦਿੰਦੇ ਰਹੋ। ਤੁਸੀਂ ਬਹੁਤ ਪਿਆਰ ਦੇ ਰਹਿ ਜਾਓ ਯਾਰ, ਬਹੁਤ ਪਿਆਰ ਦੇ ਰਹਿ ਜਾਓ। ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਵੀਡੀਓ ਸ਼ੇਅਰ ਕਰਦੇ ਜੋ, ਲਾਈਕ ਕਰਦੇ ਜੋ, ਪਿਆਰੇ ਪਿਆਰੇ ਕਮੈਂਟ ਕਰਦੇ ਜੋ, ਇੱਦਾਂ ਹੀ ਕਰਦੇ ਰਿਹਾ ਕਰੋ, ਸਪੋਰਟ ਕਰਦੇ ਰਿਹਾ ਕਰੋ। ਜੇ ਤੁਹਾਨੂੰ ਕੋਈ ਗਾਣਾ ਵਧੀਆ ਲੱਗਦਾ ਵਾ, ਤੁਸੀਂ ਚਾਹੁੰਦੇ ਜੋ ਕਿ ਉਸ ਗਾਣੇ 'ਤੇ ਮੈਂ ਰਿਐਕਸ਼ਨ ਕਰਾਂ, ਉਹਦਾ ਲਿੰਕ ਜ਼ਰੂਰ ਸੈਂਡ ਕਰਦਾ ਕਰੋ ਇੰਸਟਾਗ੍ਰਾਮ 'ਤੇ ਜਾ ਕੇ। ਆਪਾਂ ਮਿਲਦੇ ਹਾਂ ਜਲਦੀ ਨੈਕਸਟ ਵੀਡੀਓ 'ਚ। ਸਤਿ ਸ਼੍ਰੀ ਅਕਾਲ, ਬਾਏ ਬਾਏ।